ਬਿਹਾਰੀ ਦੀ ਗੋਲੀਆਂ ਮਾਰ ਕੇ ਹੋਈ ਹੱਤਿਆ ਦੇ ਰੋਸ ਵਜੋਂ ਇਕੱਤਰ ਹੋਏ ਸਮੁੱਚੇ ਸ਼ਹਿਰ ਵਾਸੀਓ ਬੜੇ ਦੁੱਖ ਦੀ ਗੱਲ ਹੈ ਕਿ ਆਪਾਂ ਦੇਖਦੇ ਹਾਂ ਪੰਜਾਬ ਦੇ ਅੰਦਰ ਰੋਜ਼ ਘਟਨਾਵਾਂ ਵਾਪਰ ਰਹੀਆਂ ਨੇ रोज दिन दहाड़े जिहड़े कतल हो रहे ने गोलियां वज रहीआं ने पर उदू भी दुख की गल है कि जे मैनूं लगदा पूरा बहिंदा च बंद हुंदा तां हुण तक चंडीगढ़ तक चीक पई होनी सी पर मैं देखदा भी कल्ले माल रोड ही बंद आ बाकी सारे बाजार खुले पए आ इस करके मैनूं लगदा भी जिहदा गया गया आपां की लैणा है पर मैं तुम दस दिना तुम बोलते नहीं जेलों बैठे जो गैंगस्टर अंदर बंद ऐसे बठिंडे शहर के घट्टो घट 8 to 10 crore रुपया हर महीने का इकट्ठा करते हैं कोई नहीं दसदा जी मेरा फोन आ जाता है चल पे उतो चल चुके हैं दो मिनट पहुंच रहे ठीक है मैडम अनाउंस कर उतो चल पे जी हस्पताल पहुंचे इतने अपने को 5-4 मिनट आ जाते हैं जो मैं गल करता सी भी आपा हुण इह कतल होया तुसीं देखो आने वाले समय दे विच भी उहदी कोई दुश्मनी तां नहीं सी किसे नाल कोई नाल दी तूतू मैं होई आ मौके दे उत्ते तकरार होई है तां वजह दा कोई पैसे वाली घटना निकलनी है इक कतल ने किन्ना शहर डरा देना हर बंदा कारोबारी आला आपा की लेना यार आपा जे कोई फोन आउंदा अंदरों लै भाई दे दे 10 लाख दे दे 20 लाख अगला ਵਿੱਚ ਵਿਚਾਲੇ ਬੰਦੇ ਪਾ ਕੇ ਨਵੇੜ ਲੈਂਦਾ ਸ਼ਹਿਰ ਦੇ ਵਿੱਚ ਵਾਪਰ ਰਿਹਾ ਪਰ ਅਸੀਂ ਆਵਾਜ਼ ਨਹੀਂ ਬੁਲੰਦ ਕਰ ਰਹੇ ਜੇ ਤੁਹਾਨੂੰ ਐ ਲੱਗਦਾ ਹੈ ਵੀ ਚੁੱਪ ਕਰਕੇ ਅਸੀਂ ਪੈਸੇ ਦੇ ਕੇ ਕੰਮ ਸਰ ਜੂਗਾ ਜਾਂ ਚੱਲ ਜੂਗਾ ਕਿੰਨਾ ਚਿਰ ਦੇਈ ਜਾਵਾਂਗੇ ਇਹਦਾ ਲੜਨਾ ਪੈਣਾ ਇਹਦਾ ਉੱਠਣਾ ਪੈਣਾ ਬੋਲਣਾ ਪੈਣਾ ਮੌੜ ਦੇ ਵਿੱਚ ਅਸੀਂ ਕੋਈ ਕੱਪੜੇ ਵਾਲਾ ਵਪਾਰੀ ਸੀਗਾ ਤੂੰ ਸੁਣਿਆ ਹੋਣਾ ਸਾਰੀ ਗੱਲਬਾਤ 12 ਲੱਖ ਰੁਪਇਆ ਉਹਨੂੰ ਲੈ ਲਿਆ वो डरता रहा कुदरती मेरा मित्र दुकान ते गया कपड़े लैन उन्हें उन्हें अपनी दुख भरी कहानी सुनाई वो कहना भाई यार आ गल है चलो मैं गया मौके ते असीं बोल के भी पाया उत्थे नाल दी नाल गल जिहड़ी हाईलाइट हो गई ते नाल दी नाल उही बंदा कोट शमीर दा सीगा उही बंदा जिहनूं पुलिस ने साल हथ नहीं पाया परचा देण ते वी कतराउंदी सी उही अद्धे घंटे च फड़ दिया सो इह हुंदा लोकां दी ताकत जे आपां बोलांगे जुड़त रखांगे सो रखनी पैनी है भरावो जुड़त जे आपां चाहुंदे आ कि साडे जवाक सुरक्षित रहिण असीं सुरक्षित रहिए तां इकट्ठे हो के लड़ो आवाज बुलंद करो असीं जिन्ने जोगरे हैगा तुहाडे नाल खड़े आ मैं पहला भी अपना नंबर दर्शन किया कि किसी प्रकार की गैस्ट की अंदरों धमकी आउंदी आ फोन आउंदा साडे नाल संपर्क कर लो तुहाडे नाल खड़ांगे पर बशर्त ते गल इह आ वी बोलना सुनू पैणा है अगे आउणा पैणा है ऐ जान लगो के नहीं गल बणनी ਤੁਸੀਂ ਕਿਹੜਾ 2 ਨੰਬਰ ਦੀ ਕਮਾਈ ਕਰਦੇ ਆ ਜਿਹੜੋ ਭੁੱਕੀ ਵੇਚਦੇ ਹੋ ਪੀ ਵੇਚਦੇ ਹੋ ਜੱਟਾ ਵੇਚਦੇ ਹੋ 1 ਨੰਬਰ ਦੀ ਕਮਾਈ ਦੇ ਵਿੱਚੋਂ ਪੈਸੇ ਦੇਣੇ ਬਹੁਤ ਔਖੇ ਹੁੰਦੇ ਆ ਬਈ ਢਿੱਡ ਪੇਟ ਬੰਨ ਕੇ ਬੰਦਾ ਕਮਾਈ ਕਰਦਾ ਇਸ ਕਰਕੇ ਜੇ ਤੁਹਾਨੂੰ ਲੱਗਦਾ ਵੀ ਇਹ ਕੋਈ ਹੁਣ ਹੀ ਸ਼ੁਰੂ ਹੋਇਆ ਵਰਤਾਰਾ ਇਹ ਤਾਂ ਜਿੰਨੀਆਂ ਮਰਜ਼ੀ ਸਰਕਾਰਾਂ ਪਹਿਲਾਂ ਵਾਲੀਆਂ ਦੇਖ ਲਓ ਹੋਣ ਵਾਲੀਆਂ ਦੇਖ ਲਓ ਜਾਂ ਰਾਹਾਂ ਦੇਖ ਲਿਓ ਇਹ ਵਰਤਾਰਾ ਹੀ ਚੱਲਣਾ ਹੈ ਜਿੰਨਾ ਚਿਰ ਸਾਡੇ ਲੋਕ ਇਕੱਠੇ ਨਹੀਂ ਹੁੰਦੇ ਇਹਨਾਂ ਦਾ ਜਿਗਰਾ ਯੁੱਧ ਨਹੀਂ ਬਣਦੀ ਇਹ ਆਵਾਜ਼ ਬੁਲੰਦ ਕਰਨ ਲਈ ਬਾਹਰ ਸੜਕਾਂ ਤੇ ਨਹੀਂ ਆਉਂਦੇ ਉਹਨਾਂ ਦੇ ਮਸਲੇ ਦਾ ਹੱਲ ਨਹੀਂ ਹੋਣਾ ਸੋ ਜਿਵੇਂ ਗਹਿਰੀ ਸਾਹਿਬ ਨੇ ਕਿਹਾ ਕਿ ਕਮੇਟੀ ਬਣਾਉਣੀ ਚਾਹੀਦੀ ਆ ਬਿਲਕੁਲ ਬਣਾਓ ਕਮੇਟੀ ਬਣਾਓ 5 ਮੈਂਬਰੀ ਉਹ ਬੰਦੇ ਫੈਸਲਾ ਕਰਨ ਵੀ ਅੱਗੇ ਕੀ ਕਰਨਾ ਠੀਕ ਹੈ ਮਸਲੇ ਦੇ ਨਾਲ ਮੰਨ ਲਓ ਆਪਾਂ ਚਾਹੇ ਆਸਣ ਤੱਕ ਜਾਂ ਕੱਲ੍ਹ ਤੱਕ ਬੰਦੇ ਫੜ ਲੈਣਗੇ ਬੰਦੇ ਫੜ ਕੇ ਪਰਚਾ ਦਰਜ ਹੋ ਜਾਣਾ ਫਿਰ ਕੀ ਮਸਲੇ ਦਾ ਹੱਲ ਹੋ ਜਾਣਾ ਜਿਹੜਾ ਦਿਨ ਦਿਹਾੜੇ ਆਪਾਂ ਦੇਖਦੇ ਆ ਲੁੱਟਾਂ ਹੁੰਦੀਆਂ ਨੇ ਕੋਈ ਚੈਨੀ ਖੋਲੀ ਕੰਨ ਪੱਟ ਲਏ ਸ਼ਰੇਆਮ ਚਿੱਟੇ ਵਾਲੇ ਦੇ ਫਿਰਦੇ ਆ ਸਭ ਤੋਂ ਅਸਲ ਪੁਆੜੇ ਦੀ ਜੜ ਚਿੱਟਾ ਹੈ ਤੁਸੀਂ ਦੇਖ ਲਓ ਬਠਿੰਡੇ ਦੇ ਵਿੱਚੋਂ ਕਿਹੜਾ ਨਗਰ ਕਿਹੜਾ ਮਹੱਲਾ ਕਿਹੜਾ ਮੋੜ ਹੈ ਜਿੱਥੇ ਚਿੱਟਾ ਨਹੀਂ ਮਿਲਦਾ ਇਹ ਚਿੱਟੇ ਵਾਲੇ ਨਸ਼ੇੜੀ ਬੰਦੇ ਚਿੱਟੇ ਦੀ ਪੂਰਤੀ ਦੇ ਲਈ ਕਿਹਦੇ ਕੰਨ ਪੱਟ ਲਏ ਕਿਹਦੀ ਚੈਨੀ ਪੱਟ ਕੇ ਲੈ ਗਏ ਕਿਹਦਾ ਕਤਲ ਕਰਤਾ ਕਈ ਦੁਕਾਨ ਲੁੱਟ ਕੇ ਲੈ ਗਏ ਸੋ ਜਿੰਨਾ ਚਿਰ ਆਪਾਂ ਇਹਨਾਂ ਬਰਾਈਆਂ ਦੇ ਖਿਲਾਫ ਲੜਦੇ ਨਹੀਂ ਇਕੱਠੇ ਹੋ ਕੇ ਇਹ ਵਰਤਾਰਾ ਅਸੀਂ ਚੱਲੀ ਜਾਣਾ ਤੇ ਚਿੱਟਾ ਭਰਾਵੋ ਪਿਛਲੇ 20-25 ਸਾਲ ਤੋਂ ਦਿਨੋ ਦਿਨ ਲਗਾਤਾਰ ਵੱਧ ਰਿਹਾ ਹੈ ਜਿੱਧਰ ਨੂੰ ਲੋੜ ਹੈਗੀ ਨੱਥ ਪਾਉਣ ਦੀ ਉਧਰ ਨੂੰ ਕੋਈ ਧਿਆਨ ਨਹੀਂ ਹੈਗਾ ਇੱਥੇ ਫੋਕੀਆਂ ਲੋਕਾਂ ਨੂੰ ਵੈਸਾ ਜਿਹਾ ਉਲਝਾਇਆ ਹੋਇਆ ਡਰਾਮੇਬਾਜ਼ੀਆਂ ਜਿਹਾ ਉਲਝਾਇਆ ਹੋਇਆ ਲੋਕ ਵੀ ਸਾਡੇ ਉਹੇ ਜਿਹੇ ਆ
ਸਾਨੂੰ ਲੱਗਦਾ ਕਿ ਸਿਆਸਤ ਚ ਮਨੋਰੰਜਨ ਬਣ ਗਈ ਸਾਡੇ ਲੋਕਾਂ ਲਈ ਸਿਆਸਤ ਰਾਜਨੀਤਿਕ ਮਨੋਰੰਜਨ ਦਾ ਸਾਧਨ ਹੈ ਅਸੀਂ ਐਂ ਦੇਖਦੇ ਵੀ ਅੱਜ ਫਲਾਣੇ ਲੀਡਰ ਨੇ ਫਲਾਣੇ ਲੀਡਰ ਨੂੰ ਬੜਾ ਠੋਕਿਆ ਅਸੀਂ ਇੱਥੇ ਤੱਕ ਸੀਮਤ ਹੈ ਸਾਡੇ ਕੋਲ ਮੁੱਦੇ ਮਾਦੇ ਗਵਾਚ ਗਏ ਨਾ ਅਸੀਂ ਮੁੱਦਿਆਂ ਤੇ ਗੱਲ ਕਰਨੀ ਚਾਹੁੰਦੇ ਹਾਂ ਨਾ ਮੁੱਦਿਆਂ ਤੇ ਲੜਨਾ ਚਾਹੁੰਦੇ ਹਾਂ ਸੋ ਇਸ ਲਈ ਗੱਲ ਮੁੱਦਿਆਂ ਤੇ ਲਿਆਉਣੀ ਪੈਣੀ ਹੈ ਜੇ ਚਾਹੁੰਦੇ ਹਾਂ ਪੰਜਾਬ ਦੀ ਤੇ ਆਵੇ ਤੇ ਸਾਡੇ ਲੋਕ ਵੀ ਸੁਰੱਖਿਅਤ ਰਹਿਣ ਸੋ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਖੜੇ ਹਾਂ ਇਸ ਮਸਲੇ 'ਚ ਵੀ ਤੇ ਮੈਂ ਫੇਰ ਕਹਿੰਦਾ ਆਉਣ ਵਾਲੇ ਸਮੇਂ 'ਚ ਵੀ ਹਰ ਪੱਖ ਤੋਂ ਖੜਾਂਗੇ ਪਰ ਜਿਗਰਾ ਕੱਢ ਕੇ ਲੜਨਾ ਪੈਣਾ ਲੜਾਈ ਕਰੇ ਗੱਲ ਪੈ ਜਾਏ ਨਾ ਫਿਰ ਲੜਨਾ ਪੈਂਦਾ ਹੁੰਦਾ ਲੜਨਾ ਸਮੇਂ ਦੀ ਲੋੜ ਹੁੰਦਾ ਲੜਨ ਤੋਂ ਖਿਸਕਣਾ ਸਮਝ ਦੀ ਤੋੜ ਹੁੰਦਾ ਲੜਨਾ ਜਿਹੜਾ ਹੁੰਦਾ ਸਮੇਂ ਦੇ ਮੁਤਾਬਕ ਲੜਿਆ ਜਾਣਾ ਚਾਹੀਦਾ ਜੇ ਬੰਦਾ ਉੱਥੋਂ ਭੱਜਦਾ ਪਰ ਤੁਹਾਡੇ ਕੋਲ ਸਮਝ ਤੁਹਾਡੇ ਕੋਲ ਸੋਚ ਤੁਹਾਡੇ ਕੋਲ ਜਿਗਰੇ ਦੀ ਤੋੜ ਹੈ ਲੜ ਨਹੀਂ ਸਕਦੇ ਤੇ ਲੜਾਈ ਜਦੋਂ ਗੱਲ ਪੈ ਜਾਏ ਫਿਰ ਢੋਲ ਵਜਾਉਣਾ ਪੈਂਦਾ ਹੈ ਲੜਾਈ ਕੋਈ ਬਿਮਾਰੀ ਆ ਜਾਏ ਕੋਈ ਜ਼ਹਿਮਤ ਆ ਜਾਏ ਆਪਾਂ ਤੋਂ ਪਾਸਾ ਵੱਟ ਕੇ ਕਿਨਾਰਾ ਕਰਕੇ ਆਪਾਂ ਕਾਲਾ ਪਾ ਲਾਂਗੇ ਕਦੇ ਵੀ ਨਹੀਂ ਹੋਣਾ ਇਹ ਸਿੱਧੇ ਮੱਥੇ ਟੱਕਰਨਾ ਪੈਣਾ ਜੇ ਚਾਹੁੰਦੇ ਹਾਂ ਕਿ ਮਾਹੌਲ ਠੀਕ ਹੋਵੇ ਸ਼ਹਿਰ ਵਾਲਿਆ ਪਿੰਡ ਵਾਲਿਆ ਦੁਕਾਨਦਾਰ ਆ ਵਪਾਰੀ ਆ ਆੜਤੀ ਆ ਕੋਈ ਵੀ ਆ ਸਾਰੇ ਭਲਾ ਇਕੱਠੇ ਹੋ ਕੇ ਲੜਾਈ ਦੇ ਖਿਲਾਫ ਆਪਾਂ ਆਵਾਜ਼ ਬੁਲੰਦ ਕਰੀਏ ਸੋ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।